ਲੋਭੇ ਪੰਜਾਬੀਓ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਸੈਂਕੜੇ ਕਾਂਗਰਸੀ ਵਰਕਰ ਸੀ ਜਿਹੜੇ ਉਹਨਾਂ ਦੇ ਨਾਲ ਉਹਨਾਂ ਨੂੰ ਵੀ ਹਰਾਸ ਦੇ ਵਿੱਚ ਕਿਆ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਨੇ ਮਾਮਲਾ ਕੀ ਹੈ ਐਸਵਾਈਐਲ ਨਹਿਰ ਦਾ ਮੁੱਦਾ ਬਹੁਤ ਛਾਇਆ ਹੋਇਆ ਇਸੇ ਮੁੱਦੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਚੈਲੰਜ ਕੀਤਾ ਸੀ ਕਿ ਆਓ ਮੇਰੇ ਨਾਲ ਬਹਿਸ ਕਰੋ ਤੇ ਅੱਜ ਰਾਜਾ ਵੜਿੰਗਹੋਰੀ ਕਾਂਗਰਸ ਪ੍ਰਧਾਨ ਤੇ ਪ੍ਰਤਾਪ ਸਿੰਘ ਬਾਜਵਾ ਸੈਂਕੜੇ ਕਾਂਗਰਸੀ ਜਿਹੜੇ ਵਰਕਰ ਨੇ ਉਹਨਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਕਰਨ ਗਏ ਉੱਥੇ ਕੀ ਹੋਇਆ ਜਦੋਂ ਪ੍ਰਦਰਸ਼ਨ ਕਰਕੇ ਅੱਗੇ ਮੈਮੋਰੰਡਮ ਦੇਣ ਲਈ ਜਾ ਰਹੇ ਸੀ ਤਾਂ ਉੱਥੇ ਪੁਲਿਸ ਦੇ ਨਾਲ ਝਟਪੋਈ ਹੈ ਪਾਣੀ ਦੀਆਂ ਬੁਛਾਰਾਂ ਵਜੀਆਂ ਨੇ ਰਾਜਾ ਵੜਿੰਗ ਹੋਰਾਂ ਦੀ ਵੀ ਦਸਤਾਰ ਜਿਹੜੀ ਆ ਉਤਰੀ ਐ ਔਰ ਰਾਜਾ ਵੜਿੰਗ ਨੇ ਇਹ ਕਿਹਾ ਕਿ ਅਸੀਂ ਆਪਣੀ ਜਾਨ ਦੇ ਦੇਾਂਗੇ ਪਾਣੀ ਨਹੀਂ ਜਾਣ ਦੇਾਂਗੇ ਉਧਰ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਪੰਜਾਬ ਦੇ ਰਾਜਪਾਲ ਵੀ ਮੁੱਖ ਮੰਤਰੀ ਦੇ ਨਾਲ ਮਿਲੇ ਹੋਏ ਨਹੀਂ ਹੁਣ ਇਹ ਦੋ ਵੱਡੇ ਬਿਆਨ ਅੱਜ ਉਦੋਂ ਆਏ ਜਦੋਂ ਗ੍ਰਿਫਤਾਰ ਕੀਤਾ ਗਿਆ ਰਾਜਾ ਵੜਿੰਗ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਜਿਹੜੇ ਐਸਵਾਈਐਲ ਨਹਿਰ ਦੇ ਮੁੱਦੇ ਦੇ ਉੱਪਰ ਅੱਜ ਪ੍ਰਦਰਸ਼ਨ ਕਰ ਰਹੇ ਸੀ ਹੁਣ ਇਹਦੇ ਸਬੰਧੀ ਦੋ ਚਰਚਾ ਚੱਲ ਰਹੀਆਂ ਇੱਕ ਚਰਚਾ ਤਾਂ ਇਹ ਆ ਵੀ ਇਹ ਸਾਰਾ ਡਰਾਮਾ ਹੈ ਇਹ ਪਖੰਡ ਹੈ ਜੇ ਪਾਣੀ ਦਾ ਇੰਨਾ ਫਿਕਰ ਹੈ ਕਾਂਗਰਸ ਨੂੰ ਤਾਂ ਕਾਂਗਰਸ ਦੇ ਰਾਜ ਦੇ ਟਾਈਮ ਫਿਰ ਇੰਦਰਾ ਗਾਂਧੀ ਤੋਂ ਚਾਂਦੀ ਦੀ ਕਈ ਨਾਲ ਟੱਕ ਕਿਉਂ ਲਵਾਇਆ ਗਿਆ ਸੀ ਔਰ ਉਦੋਂ ਕਾਂਗਰਸ ਨੇ ਹੀ ਇਹ ਕੰਮ ਕਰਵਾਇਆ ਸੀ ਇਹ ਵੱਡਾ ਸਵਾਲ ਇਹ ਉੱਠ ਰਿਹਾ ਦੂਜੇ ਪਾਸੇ ਇਹ ਹੈ ਕਿ ਜਦੋਂ ਕਾਂਗਰਸ ਦੀ ਸਰਕਾਰ ਸੈਂਟਰ ਤੇ ਪੰਜਾਬ ਦੋਵਾਂ ਥਾਵਾਂ ਤੇ ਰਹੀ ਉਦੋਂ ਇਹ ਮੁੱਦਾ ਕਾਂਗਰਸ ਹੱਲ ਕਰਾ ਸਕਦੀ ਸੀ ਕਿਉਂ ਨਹੀਂ ਕਰਵਾਇਆ ਗਿਆ ਮੁੱਖ ਮੰਤਰੀ ਨੇ 1 ਨਵੰਬਰ ਦੀ ਚੁਣੌਤੀ ਦਿੱਤੀ ਹੈ ਕਿ 1 ਨਵੰਬਰ ਨੂੰ ਪੰਜਾਬ ਦਿਵਸ ਹੈ ਆਓ ਸਾਰੀਆਂ ਪਾਰਟੀਆਂ ਦੇ ਪ੍ਰਧਾਨ ਮੇਰੇ ਸਾਹਮਣੇ ਬਹਿ ਕੇ ਬਹਿਸ ਕਰੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਤੁਸੀਂ ਤਿਆਰੀ ਕਰਕੇ ਆਇਓ ਮੈਂ ਬਿਨਾਂ ਤਿਆਰੀ ਤੇ ਆਉਂਗਾ ਸਾਰਾ মিডিਆ ਬੁਲਾਵਾਂਗੇ ਓਪਨ ਬਹਿਸ ਕਰਾਂਗੇ ਔਰ ਰੋਜ਼ ਦੀ ਕਿਚ-ਕਿਚ ਖਤਮ ਕਰਾਂਗੇ ਇਹੀ ਸ਼ਬਦ ਮੁੱਖ ਮੰਤਰੀ ਨੇ ਵਰਤੇ ਨੇ ਤੇ ਕੱਲ ਜਦੋਂ ਚੈਲੰਜ ਕੀਤਾ ਉਦੋਂ ਰਾਜਾ ਵੜਿੰਗ ਹੋਰਾਂ ਨੇ ਸਿੱਧਾ ਚੈਲੰਜ ਕਬੂਲਿਆ ਨਹੀਂ ਸੱਤ ਸਵਾਲ ਕਰਤੇ ਮੁੱਖ ਮੰਤਰੀ ਨੂੰ ਵੀ ਪਹਿਲਾਂ ਇਹਨਾਂ ਸਵਾਲਾਂ ਦੇ ਜਵਾਬ ਦਿਓ ਤੇ ਬਹਿਸ ਲਈ ਅਸੀਂ ਫੇਰ ਆਵਾਂਗੇ ਭਾਵੇਂ ਉਹ ਸੱਤੇ ਸਵਾਲ ਬਣਦੇ ਨੇ ਨਵੀਂ ਸਰਕਾਰ ਦੇ ਉੱਪਰ ਨਵੀਂ ਸਰਕਾਰ ਵੀ ਉਹਨਾਂ ਸਵਾਲਾਂ ਦੇ ਉੱਪਰ ਫਸ ਸਕਦੀ ਹੈ ਪਰ ਬਹਿਸ ਦੇ ਲਈ ਸਵਾਲ ਖੜੇ ਕਰਕੇ ਨਹੀਂ ਜਾਣਾ ਚਾਹੀਦਾ ਬਹਿਸ ਦੇ ਵਿੱਚ ਜਾਣਾ ਚਾਹੀਦਾ ਪੰਜਾਬੀਆਂ ਨੂੰ ਵੀ ਚਾਹੀਦਾ ਕਿ ਮਜਬੂਰੀ ਬਣਾਓ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਦੀ ਵੀ ਹੁਣ ਲਿਚਕੜਿਚੀਆਂ ਨਾ ਕਰਨ ਹੁਣ ਜਾ ਕੇ ਆਮੋ ਸਾਹਮਣੀ ਬਹਿਸ ਕਰਨ ਕਿਉਂਕਿ ਬਹਿਸ ਦੇ ਵਿੱਚੋਂ ਬੜਾ ਕੁਝ ਨਿਕਲੇਗਾ ਮੁੱਖ ਮੰਤਰੀ ਨੂੰ ਚਾਹੀਦਾ ਵੀ ਕੱਲੀ ਬਹਿਸ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨਾਲ ਨਹੀਂ ਕਿਸਾਨ ਮਜ਼ਦੂਰ ਮਲਾਜ਼ਮ ਨੌਜਵਾਨ ਬੇਰੁਜ਼ਗਾਰ ਇਹ ਜਿਹੜੇ ਨੇ ਇਹਨਾਂ ਦੀਆਂ ਜਥੇਬੰਦੀਆਂ ਦੇ ਪ੍ਰਧਾਨਾਂ ਨਾਲ ਵੀ ਇੱਕ ਬਹਿਸ ਮੁੱਖ ਮੰਤਰੀ ਰੱਖਣੀ ਚਾਹੀਦੀ ਹੈ ਕਿਉਂਕਿ ਉਹ ਵੀ بڑے ਸਵਾਲ ਉਠਾ ਰਹੇ ਨੇ ਅੱਜ ਦੀ ਇਹ ਜਿਹੜੀ ਖਬਰ ਹੈ ਕਿ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੈਂਕੜੇ ਕਾਂਗਰਸੀ ਵਰਕਰਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਔਰ ਜਦੋਂ ਅੱਜ ਤਸਵੀਰਾਂ ਆ ਰਹੀਆਂ ਨੇ ਕਿ ਰਾਜਾ ਵੜਿੰਗ ਹੋਰਾਂ ਦੀ ਜਿਹੜੀ ਦਸਤਾਰ ਹੈ ਉਹ ਵੀ ਜਿਸ ਤਰ੍ਹਾਂ ਉਹ ਬੰਨ ਕੇ ਗਈ ਸੀ ਪਾਣੀ ਦੀਆਂ ਬੁਛਾਰਾਂ ਦੇ ਨਾਲ ਉਸ ਹਾਲਤ 'ਚ ਨਹੀਂ ਹੈ ਤਾਂ ਉੱਥੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਕਿ ਪਾਣੀ ਨਹੀਂ ਜਾਣ ਦੇਾਂਗੇ ਆਪਣੀ ਜਾਨ ਦੇਾਂਗੇ ਤੇ ਮੈਂ ਤੁਹਾਨੂੰ ਦੱਸ ਚੁੱਕਾ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਰਾਜਪਾਲ ਸਾਹਿਬ ਮੁੱਖ ਮੰਤਰੀ ਦੇ ਨਾਲ ਮਿਲੇ ਹੋਏ ਨੇ ਹੁਣ ਇਹ ਸਾਰੇ ਕੁਝ ਤੋਂ ਤੁਹਾਨੂੰ ਕੀ ਲੱਗਦਾ ਆਪਣਾ ਵਿਚਾਰ ਤੁਸੀਂ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ